पांच साल कांग्रेस सरकार रही है, दस साल श्रोमणी अकाली सरकार रही है, उस तो बाद साल हुण इन्हां नूं भी हो गया। तो अज आपां इस तरह की उन्होंने वतीरा कर रहे हैं जिवें किसी क्रिमिनल बंदे नाल करना हो। तो यह बहुत जाति है, वो खिलाफ अज सारा श्रोमणी अकाली दल इकट्ठा होया, तो सारे श्रोमणी अकाली दल ने डी साहब नूं मेमोरेंडम दिता। रखड़ा साहब की अगवाई च अज सारा अकाली दल का वफद तो पटियाले के डीसी डिप्टी कमिश्नर साहब नूं मिलिया। मिलने का मकसद से असी एक मंग पत्र दिता कि पंजाब दे विच देखो सब तो पहले तो गल्ला पंजाब खतरे च आया पिया। पहला इन्होंने साढ़े जिहड़े अजीत दे इश्तिहार बंद किए, जदों उन्होंने ये दबाव नहीं मन्या तां उस तो बाद इन्होंने विजिलेंस का जिहड़ा समन भेज के वह दबाव उन्होंने बनाया जा रहा है कि जिहड़ी पत्रकारी वह साढ़े तरीके नाल कीती जावे। जे आपां प्रेस नूं इन्ना दबलांगे फिर अपनी सरकार जां अपनी आजादी किवें कह सकदे आं, आपां लोकतंत्र किवें कह सकदे आं। ਪੰਜਾਬੀ ਦੀ ਜੋ ਪੰਜਾਬ ਯੂਨੀਵਰਸਿਟੀ ਖਤਮ ਕਰਨ ਜਾ ਰਹੇ ਨੇ ਉਹਦਾ ਇੰਟਰ ਕਨੈਕਟ ਕਨੈਕਸ਼ਨ ਹਮਦਰਦ ਸਾਹਿਬ ਨਾਲ ਵੀ ਹੈ, ਕਿਉਂਕਿ ਅੱਜ ਪੰਜਾਬ 'ਚ ਕਿਸੇ ਨੂੰ ਦੱਸਣ ਦੀ ਜ਼ਰੂਰਤ ਤਾਂ ਨਹੀਂ ਹੈ ਕਿ ਅਜੀਤ ਅਖਬਾਰ ਪੰਜਾਬੀ ਦਾ ਮਾਂ ਬੋਲਦੇ ਸਭ ਤੋਂ ਵੱਡਾ ਪੰਜਾਬੀ ਦੀ ਸੇਵਾ ਕੀਤੀ ਅਜੀਤ ਅਖਬਾਰ ਨੇ ਕੀਤੀ ਹੈ। ਇੱਕ ਵੱਡਾ ਮਨਸੂਬਾ ਇਹ, ਇਹ 'ਚ ਕੇਂਦਰ ਸਰਕਾਰ ਵੀ ਰਲੀ ਹੋਈ ਹੈ, ਇਹ 'ਚ ਪੰਜਾਬ ਸਰਕਾਰ ਦਾ ਗੋਡਾ ਭਾਰ ਹੋਈ ਪਈ ਹੈ। ਤੁਸੀਂ ਕੋਈ ਰੰਜਿਸ਼ ਕੱਢਣ ਦੇ ਨਾਲ ਕੋਈ ਕਾਰਵਾਈ ਕਰ ਰਹੇ ਹੋ ਤਾਂ ਇਹ ਬਰਦਾਸ਼ਤ ਯੋਗ ਗੱਲ ਨਹੀਂ ਹੋਣੀ। ਵੀ ਉਹਨਾਂ ਦੇ ਮੰਤਰੀ ਨੇ ਇੱਕ ਦਿਨ ਥੋੜ੍ਹੀ ਜਿਹਾ ਇੰਨਾ ਕੀ ਗੱਲ ਕਹੀ ਸੀ ਕਿ ਵੀ ਨਹੀਂ ਸਾਹਿਬ ਬਲਜਿੰਦਰ ਸਿੰਘ ਮੈਂ ਪਰਸਨਲੀ ਜਾਣਦਾ, ਵਧੀਆ ਬੰਦਾ, ਇਮਾਨਦਾਰ ਬੰਦਾ, ਅਤੇ ਦੂਏ ਦਿਨ ਉਹਨੂੰ ਮੰਤਰੀਸ਼ਿਪ 'ਤੇ ਹਟਾ ਤਾ। ਉਹ ਕਹਿੰਦੇ ਪੰਜਾਬ ਖਤਮ ਕਰਨਾ, ਉਹ ਕਹਿੰਦੇ ਪੰਜਾਬੀ ਖਤਮ ਕਰਨੀ ਹੈ, ਉਹਦੇ ਪੰਜਾਬੀ ਖਤਮ ਕਰਨੀ ਹੈ। ਬਹੁਤ ਚਿੰਤਾ ਦੀ ਗੱਲ ਹੈ, ਅੱਜ ਮੈਮੋਰੈਂਡਮ ਦਿੱਤਾ, ਚੇਤਾਵਨੀ ਦਿੱਤੀ ਹੈ ਅਸੀਂ ਕਿ ਸੁਧਰ ਜਾਓ, ਸਾਨੂੰ ਜੇ ਅਕਾਲੀ ਦਲ ਨੇ ਸੰਘਰਸ਼ ਸ਼ੁਰੂ ਕਰਤਾ ਤਾਂ ਭੱਜਿਆਂ ਨੂੰ ਬਾਹਰ ਨਹੀਂ ਥਿਆਉਣੇ ਹੈ। ਪੰਜਾਬ ਦੀ ਮਾਨ ਸਰਕਾਰ ਵੱਲੋਂ ਹਰਾਸ਼ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ, ਅਤੇ ਉਸ ਦੇ ਲਈ ਪੂਰੇ ਪਟਿਆਲੇ ਜ਼ਿਲ੍ਹੇ ਦੀ ਪ੍ਰੈਸ ਵੱਲੋਂ ਅੱਜ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਰਾਸ਼ਟਰਪਤੀ ਦੇ ਨਾਂ 'ਤੇ, ਗਵਰਨਰ ਦੇ ਨਾਂ 'ਤੇ। ਅਸੀਂ ਮੁੱਖ ਮੰਤਰੀ ਨੂੰ ਵੀ ਕਹਿੰਦੇ ਹਾਂ ਕਿ ਉਹਦਾ ਇੱਕ ਅਹੁਦਾ ਬਹੁਤ ਵੱਡਾ ਹੁੰਦਾ, ਮੁੱਖ ਮੰਤਰੀ ਦੀ ਜਿਹੜੀ ਸੋਚ ਹੈ ਉਨੀ ਖੁੱਲ੍ਹੀ ਹੋਣੀ ਚਾਹੀਦੀ ਹੈ, ਅਤੇ ਉਹਨੂੰ ਆਪਣੇ ਹਿੱਤਾਂ ਦਾ ਨਹੀਂ, ਉਹਨੂੰ ਪੰਜਾਬ ਦੇ ਹਿੱਤਾਂ ਦਾ ਜਿਹੜਾ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਅਜੀਤ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਦੀ ਸੇਵਾ ਲਈ ਅਤੇ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ। ਅੱਜ ਜੰਗੇ ਆਜ਼ਾਦੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀਗਾ, ਉਦੋਂ ਬਹੁਤ ਧੱਕੇ ਨਾਲ ਕਹਿ ਕੇ ਸਾਹਿਬ ਬਲਜਿੰਦਰ ਸਿੰਘ ਨੂੰ ਉਹਦਾ ਚੇਅਰਮੈਨ ਲਾਇਆ ਸੀਗਾ। ਉਹ ਬਲਕਿ ਮੰਨਦੇ ਨਹੀਂ ਸੀ ਕਿ ਜੀ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਇਹ 'ਚ ਪੈਣਾ ਨਹੀਂਗਾ, ਅਤੇ ਉਹਨੂੰ ਕਿਹਾ ਕਿ ਨਹੀਂ ਤੁਸੀਂ ਜਲੰਧਰ ਦੇ ਰਹਿਣ ਆਏ ਹੋ, ਤੁਹਾਡਾ ਹੈ ਅਤੇ ਤੁਸੀਂ ਇੱਥੇ ਵਧੀਆ ਕੰਟਰੋਲ ਕਰ ਸਕਦੇ ਹੋ, ਵਧੀਆ ਤਰੀਕੇ ਨਾਲ ਬਣਾ ਸਕਦੇ ਹੋ। ਪੰਜ ਸਾਲ ਕਾਂਗਰਸ ਸਰਕਾਰ ਰਹੀ ਹੈ, ਦਸ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਸ ਤੋਂ ਬਾਅਦ ਸਾਲ ਹੁਣ ਇਹਨਾਂ ਨੂੰ ਵੀ ਹੋ ਗਿਆ। ਅਤੇ ਅੱਜ ਆਪਾਂ ਇਸ ਤਰ੍ਹਾਂ ਦੀ ਉਹਨਾਂ ਨੂੰ ਵਤੀਰਾ ਕਰ ਰਹੇ ਹਾਂ ਜਿਵੇਂ ਕਿਸੇ ਕ੍ਰਿਮੀਨਲ ਬੰਦੇ ਨਾਲ ਕਰਨਾ ਹੋਵੇ। ਸੋ ਇਹ ਬਹੁਤ ਜਾਤੀ ਹੈ, ਉਹਦੇ ਖਿਲਾਫ ਅੱਜ ਸਾਰਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਇਆ, ਅਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਡੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ, ਸਾਡੇ ਸਾਰੇ ਐਸ ਜੀ ਪੀ ਦੇ ਮੈਂਬਰ, ਸਾਡੇ ਹਲਕਾ ਇੰਚਾਰਜ ਅਤੇ ਸਾਡੇ ਪਟਿਆਲੇ ਦੇ ਇੰਚਾਰਜ ਸਾਰੇ ਇੱਥੇ ਅੱਜ ਆਏ ਨੇ। ਅਤੇ ਉਹਦੇ ਖਿਲਾਫ ਕਿ ਵੀ ਇਹ ਜੇ ਆਪਾਂ ਪ੍ਰੈਸ ਨੂੰ ਇੰਨਾ ਦੱਬਲਾਂਗੇ ਫਿਰ ਆਪਣੀ ਸਰਕਾਰ ਜਾਂ ਆਪਣੀ ਆਜ਼ਾਦੀ ਕਿਵੇਂ ਕਹਿ ਸਕਦੇ ਹਾਂ, ਆਪਾਂ ਲੋਕਤੰਤਰ ਕਿਵੇਂ ਕਹਿ ਸਕਦੇ ਹਾਂ। ਆਹ ਤੁਸੀਂ ਦੇਖਿਆ ਵੀ ਉਹਨਾਂ ਦੇ ਮੰਤਰੀ ਨੇ ਇੱਕ ਦਿਨ ਥੋੜ੍ਹੀ ਜਿਹਾ ਇੰਨਾ ਕੀ ਗੱਲ ਕਹੀ ਸੀ ਕਿ ਵੀ ਨਹੀਂ ਸਾਹਿਬ ਬਲਜਿੰਦਰ ਸਿੰਘ ਮੈਂ ਪਰਸਨਲੀ ਜਾਣਦਾ, ਵਧੀਆ ਬੰਦਾ, ਇਮਾਨਦਾਰ ਬੰਦਾ, ਅਤੇ ਦੂਏ ਦਿਨ ਉਹਨੂੰ ਮੰਤਰੀਸ਼ਿਪ 'ਤੇ ਹਟਾ ਤਾ। ਜੇ ਇੱਦਾਂ ਦੀ ਗੱਲ ਉਹਨਾਂ ਦੇ ਆਪਣੇ ਮੰਤਰੀਆਂ ਦੇ ਨਾਲ ਇਹ ਹੋ ਰਿਹਾ ਕਿ ਗਾਹਾਂ ਵਾਸਤੇ ਕੋਈ ਮੰਤਰੀ ਕੋਈ ਗੱਲ ਕਹਿਣ ਦੀ, ਸੱਚਾਈ ਕਰਨ ਦੀ ਗੱਲ ਕਹਿ ਸਕਦਾ? ਸੋ ਇੱਥੋਂ ਪਤਾ ਲੱਗਦਾ ਕਿ ਸਰਕਾਰ ਬਹੁਤ ਜਾਤੀ, ਜਿਹੜੀਆਂ ਗੱਲਾਂ ਸਰਕਾਰ ਕਰਦੀ ਸੀ ਪਹਿਲਾਂ ਪਾਰਟੀ ਕਰਦੀ ਸੀ ਕਿ ਜੀ ਅਸੀਂ ਤਾਂ ਲੋਕਤੰਤਰ ਦੇ ਹੱਕ 'ਚ ਤਾਂ ਇਹ ਧੱਕਾ ਕਰਦੇ ਨੇ, ਜੇ ਇਹਨਾਂ ਨੂੰ ਐਡੀ ਸਿਕਿਉਰਿਟੀ ਦੀ ਲੋੜ ਹੈ ਤਾਂ ਮੁਰਗੀ ਖਾਨਾ ਖੋਲ੍ਹ ਲੈਣ। ਅੱਜ ਤੁਸੀਂ ਦੇਖ ਲਓ ਇੱਕ ਇੱਕ ਮੰਤਰੀ ਦੇ ਨਾਲ ਚਾਰ ਚਾਰ ਗੱਡੀਆਂ ਨੇ, ਚੀਫ ਮਿਨਿਸਟਰ ਸਾਹਿਬ ਦੇ ਨਾਲ ਕਹਿ ਦਈਏ ਤਾਂ 60-60 ਗੱਡੀਆਂ ਨੇ, ਅਤੇ ਜੇ ਉਹਨਾਂ ਦੇ ਕੋਈ ਰਿਸ਼ਤੇਦਾਰਾਂ ਨਾਲ ਕਹਿ ਲਈਏ ਤਾਂ ਉੱਥੇ ਵੀ 10-10, 5-5 ਗੱਡੀਆਂ ਹੈਗੀਆਂ। ਸੋ ਉਹ ਗੱਲਾਂ ਬਿਲਕੁਲ ਹੀ ਉਲਟੀਆਂ ਹੋ ਗਈਆਂ। ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਜਿੱਦੇ ਸਾਡੀ ਸਰਕਾਰ ਆ ਗਈ ਹਰਾ ਪੈਨ ਪਹਿਲਾਂ ਸਾਰੇ ਮੁਲਾਜ਼ਮਾਂ 'ਤੇ ਚੱਲੂਗਾ, ਅੱਜ ਤੱਕ ਪਿੰਬਲ ਨਹੀਂ ਚੱਲਿਆ।
उन्होंने कहा कि साढ़े टाइम के कोई धरना नहीं लगेगा तो धरना भी रोज़ ही देख रहे हो प्रेसा मेरे ना बता है हर जगह के उत्ते हर जिले के हर तहसील के रोज़ धरने होंगे सो जे गल कर जो डिवेलपमेंट की गल कर लिए हाल तक जीरो वो है तो वह कहें जो सरकार आई है कि 2,63,000 करोड़ रुपये का कर्जा है असं इतने वाइट पेपर छापा एक साल होया सरकार बनी 40,000 करोड़ रुपये आप लोन ले आ तो जे आप 40 नूं 5 नाल गुणा कर लिए 2,00,000 करोड़ रुपया हो जाता तो यह तो 5 साल की आप गल कर लें अज जे कम्मां दी गल करिए डिवेलपमेंट की गल करिए एक साल पहले की वीडियो साहब भगवंत सिंह मान की चीफ मिनिस्टर साहब की कह लिए वो कह रहे हैं कि हुण तो पहला सरकार ने कदे भी जिहड़ी प्राइम मिनिस्टर की मीटिंग है वो अटेंड नहीं की जे जावे तो ही कुछ लैके आवेंगे अपनिया रोड की गल करांगे बिजली की गल करांगे पानी की गल करांगे पर एक साल लंघे आ जो भी कह लगे कि जी लो जी तो फोटो खिचाने वाली गल ही है सो एक कहते कहण के बहुत बड़ा अंतर है तुम अज दो वीडियो कढ़ के देख लो अज पुरानी वीडियो कढ़ के देख लो वो बहुत बड़ी प्राप्ति समझते हैं कि असी 300 यूनिट माफ़ करता जे 300 की बजाय 301 यूनिट आ जाए तो बिल देना है श्रोमणी अकाली दल ने 200 यूनिट माफ़ किया जे 201 यूनिट आ गया तो 1 यूनिट के पैसे लेंदे श्रोमणी अकाली दल ने जिन्हें भी जिमीदार ने उन्होंने सारे ट्यूबवैलों की बिल भी माफ़ करती सी आटे दाल की स्कीम चालू की सघन स्कीम चालू की सी जे गल कर लिए आज ब्लड रिलेशन जो जिमीदार के बहुत बड़ा लड़ाई झगड़े होंगे सी ब्लड रिलेशन रजिस्ट्री फ्री करती सी जे गिनती कर लग जाए मेरे ख्याल गिनती नहीं मुकती पर उन्होंने एक कम करके ही उन्होंने एडा उभार रहे हैं 100 यूनिट ही ऐड किया उन्होंने सो ये कहते कर बहुत बड़ा फर्क है अज जो कहें बिल्कुल वो उल्ट कह रहे हैं लोगों को लग्या वो इन्होंने यह भी गल कही कि 70 साल के कोई डक्का नहीं टुटिया पर जो हूँ द इंडस्ट्री खातर उन्होंने अपने बंदे बुलाए थे इंडस्ट्री लाने खातर उदो बहुत बड़ा प्रॉपर होगा कि साडा रोड इंफ्रास्ट्रक्चर देख लो साडी बिजली देख लो साडा बिहेवियर देख लो ये की रोड इंफ्रास्ट्रक्चर किने बनाया सी बिजली का किने बनाया सी सो जे देखिए तो श्रोमणी अकाली दल ने बहुत बड़े बड़े काम किए हैं अज जिन्हां पिंडां दे विच रोड्स ने मेरा ख्याल है भी तुहानूं तां शायद नाम ना ही पता होवे जिहड़े बंदे 70 साल तो उत्ते उन्हां नूं पुछ के देखो पिंडां दे विच ना कोई सड़क हुंदी सी ना कोई पक्का घर हुंदा सी ना कोई वहीकल हुंदी सी अज सारे बहुत वधिया रह रहे ने ते जिथे किते 100 एकड़ जमीन सी उह एकड़ दो एक महीना चलता हुंदा सी सारी बंजर जमीन पईआं सी कलर पईआं हुंदीआं सी टिब्बे पए हुंदे सी ते सारे किथे ये लोगों की मेहनत ते सरकार की सहायता दोहां ने मिलजुल के काम किया सो उहदे खिलाफ अज असीं मेमोरेंडम डी साहब नूं दित्ता ते डी साहब ने सानूं विश्वास दवाया कि तुहाडा जिहड़ा मेमोरेंडम है असीं राष्ट्रपति नूं भी ते नाल ही गवर्नर साहब नूं भी ते प्राइम मिनिस्टर साहब नूं सारे भेजा बहुत बहुत धन्यवाद देखो अज रखड़ा साहब की अगवाई च अज सारा अकाली दल का वफद तो पटियाले के डी सी डिप्टी कमिश्नर साहब नूं मिलिया मेरे का मकसद ही असीं इक मंग पत्र दिता है कि पंजाब दे विच देखो सब तो पहले तो गल्ला पंजाब खतरे च आया पिया लोग अज पंजाब दे लोग चिंतित ने कि किसी टाइम भी पंजाब दे टोटे करके जां जम्मू कश्मीर नाल जां हिमाचल हरियाणे नाल जोड़ के शायद कितें सानू जिहड़ी माड़ी मोटी साडी कितें माइक्रो मिनोरिटी की पछाण है वह भी खत्म ना कर देण बहुत वड्डी गल है चिंता की गल है कि चंडीगढ़ च साइन बोर्ड उतारने शुरू करते पंजाबी दे कल पंजाब दे वाइस चांसलर ने असीं कल उहदे बारे खिलाफ़ प्रैस कॉन्फ्रेंस की है कि तुम हैरान रह जाओगे सुन के कि पंजाब यूनिवर्सिटी के अंडर 202 कॉलेज आते हैं 202 कॉलेजों के ग्रैजुएशन जी पंजाबी लाजमी सी वो खत्म करके ऑप्शनल कर दी ये तो उम्मीद है जिम्मे इंग्लैंड इंग्लिश खत्म कर दी जाए सूबे की पछाण वो बोली नाल होया करती है तो ये मैं चानना पाया कि पंजाबी की जो पंजाब यूनिवर्सिटी खत्म कर जा रहे हैं वह इंटरकनैक्ट कनैक्शन हमदर्द साहब नाल भी है क्योंकि अज पंजाब किसी दसने की जरूरत तो नहीं है कि अजीत अखबार पंजाबी का माँ बोलते सब तो वड्डा पंजाबी की सेवा की अजीत अखबार ने की है एक बड़ा मनसूबा है इस केंद्र सरकार भी रली हुई है इस पंजाब सरकार का गोडा भार हुई पई है वो कहते पंजाब खत्म करना है कहते पंजाबी खत्म करनी है कहते पंजाबी तो खत्म करनी है बहुत चिंता की गल है अज मैमोरेंडम दिता है चेतावनी दी है असी कि सुधर जो सानू जे अकाली दल ने संघर्ष शुरू करता तो भज्जे नूं बाण नहीं थे होने हैं वाहिगुरू खालसा वाहिगुरू।